ਹਾਂਜੀ, ਇੱਕ ਵਾਰੀ ਫਿਰ ਮੈਨੂੰ ਦੇਖ ਰਹੇ ਸੁਣ ਰਹੇ ਸਾਰੇ ਪੰਜਾਬੀ ਭੈਣ ਭਰਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ। ਅੱਜ ਦੀ ਵੀਡੀਓ ਬੜੀ ਇੱਕ ਅਹਿਮ ਮੁੱਦੇ ਤੇ ਵੀਡੀਓ, ਭਾਈ ਅੰਮ੍ਰਿਤਪਾਲ ਸਿੰਘ ਹੋਣਾ ਬਾਰੇ, ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੀ ਮਾਤਾ ਜੀ ਬਾਰੇ ਤੇ ਮੀਡੀਆ ਬਾਰੇ। ਉਹ ਮੀਡੀਆ ਮੋਸਟਲੀ, ਮੈਂ ਸਾਰਿਆਂ ਨੂੰ ਨਹੀਂ ਕਹੂੰਗਾ, ਬਹੁਤ ਜ਼ਿਆਦਾ ਮੀਡੀਆ ਜਿਹੜਾ ਗੋਦੀ ਮੀਡੀਆ ਤਾਂ ਖਾਸ ਕਰਕੇ ਉਹ ਹੈ ਹੀ ਸੀ, ਉਹਨੂੰ ਇੱਕ ਵੱਖਰੀ ਕੈਟਾਗਰੀ 'ਚ ਰੱਖਦੇ ਆ। ਬਹੁਤ ਸਾਰਾ ਮੀਡੀਆ, ਸਾਡੇ ਪੰਜਾਬੀ ਨਿਊਜ਼ ਚੈਨਲ ਵੀ ਨੇ ਜਿਹੜੇ ਇਸ ਵੇਲੇ ਪੂਰਾ ਜ਼ੋਰ ਦੇ ਰਹੇ ਨੇ ਇਸ ਗੱਲ 'ਤੇ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੀ ਜਿਹੜੀ ਇਮੇਜ ਬਣੀ ਹੈ ਪੰਜਾਬ ਦੇ ਵਿੱਚ, ਜੋ ਉਹਨਾਂ ਦਾ ਇੱਕ ਕਿਰਦਾਰ ਬਣ ਚੁੱਕਿਆ ਪੰਜਾਬ ਦੇ ਵਿੱਚ, ਜਾਂ ਖਡੂਰ ਸਾਹਿਬ ਵਾਲਿਆਂ ਨੇ ਜਿਹੜੀ ਤਗੜੀ ਸਪੋਰਟ ਕੀਤੀ ਹੈ, ਪੰਜਾਬੀਆਂ ਨੇ ਜਿੰਨੀ ਤਗੜੀ ਸਪੋਰਟ ਕੀਤੀ ਹੈ ਸਾਡੇ ਪੰਜਾਬ ਵਾਲਿਆਂ ਨੇ, ਉਸ ਇਮੇਜ ਨੂੰ, ਉਸ ਕਿਰਦਾਰ ਨੂੰ ਖਤਮ ਕੀਤਾ ਜਾ ਸਕੇ, ਲੋਕਾਂ ਦੇ ਦਿਲਾਂ 'ਚੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ, ਪਿਆਰ, ਮੁਹੱਬਤ ਉਹ ਖਤਮ ਕੀਤੀ ਜਾ ਸਕੇ। ਇਸੇ ਗੱਲ 'ਤੇ ਮੀਡੀਆ ਇਸ ਵੇਲੇ ਪੂਰਾ ਪੂਰਾ ਜ਼ੋਰ ਦੇ ਰਿਹਾ ਔਰ ਤਰ੍ਹਾਂ ਤਰ੍ਹਾਂ ਦੇ ਪ੍ਰੋਪੇਗੰਡੇ ਕਰ ਰਿਹਾ ਤਾਂ ਕਿ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਛੱਡ ਕੇ ਉਹਨਾਂ ਤੋਂ ਨਫ਼ਰਤ ਕਰਨ ਲੱਗ ਜਾਣ। ਪਿਛਲੇ ਦਿਨਾਂ ਦੇ ਵਿੱਚ, ਕੱਲ੍ਹ ਦੀ ਗੱਲ ਆ, ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਜਦੋਂ ਸਹੁੰ ਚੁੱਕੀ, ਉਸ ਤੋਂ ਪਹਿਲਾਂ ਜਾਂ ਬਾਅਦ 'ਚ ਇੱਕ ਇੰਟਰਵਿਊ ਹੁੰਦਾ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਮਾਤਾ ਜੀ ਦਾ, ਜਿਹਦੇ ਵਿੱਚ ਸ਼ੋਅ ਆਫ ਇਹ ਕੀਤਾ ਜਾਂਦਾ, ਦਿਖਾਇਆ ਇਹ ਜਾਂਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਮਾਤਾ ਜੀ ਜਿਹੜੀ ਨੇ ਉਹ ਕਹਿ ਰਹੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦੇ ਸਪੋਰਟਰ ਨਹੀਂ ਹੈਗੇ, ਸਮਰਥਕ ਨਹੀਂ ਹੈਗੇ ਖਾਲਿਸਤਾਨ ਦੇ। ਇਸ ਵੇਲੇ ਸੋਸ਼ਲ ਮੀਡੀਆ, ਤੁਹਾਨੂੰ ਪਤਾ ਕਿ ਇੱਕ ਆਮ ਨਾਗਰਿਕ ਹੁੰਦਾ, ਜਿਹੜਾ ਆਮ ਬੰਦਾ ਹੁੰਦਾ, ਚਾਹੇ ਉਹ ਸਾਡਾ ਪੰਜਾਬੀ ਹੋਵੇ, ਕੋਈ ਵੀ ਹੋਵੇ, ਜਿਹਦਾ ਵੱਸ ਨਹੀਂ ਪਿਆ ਹੁੰਦਾ ਕੈਮਰੇ ਅੱਗੇ ਆਉਣ ਦਾ ਜਾਂ ਵੀਡੀਓਗ੍ਰਾਫੀ ਕਰਾਉਣ ਦਾ, ਜਾਂ ਜਿਹੜਾ ਬੰਦਾ ਇਸ ਗੱਲ ਨੂੰ ਨਹੀਂ ਸਮਝਦਾ ਕਿ ਮੈਂ ਕਿਹੜੇ ਸਵਾਲ ਦਾ ਜਵਾਬ ਕਿੱਦਾਂ ਦੇਣਾ ਔਰ ਪਬਲਿਕ ਪਲੇਸ 'ਤੇ ਉਸ ਸਵਾਲ ਨੂੰ ਕਿੱਦਾਂ ਡੀਲ ਕਰਨਾ, ਕਿਉਂਕਿ ਜਿਹੜੇ ਪਹਿਲੇ ਪੋਲੀਟੀਸ਼ੀਅਨ ਨੇ, ਜਿੰਨੇ ਵੀ ਸਿਆਸਤਦਾਨ ਨੇ, ਉਹ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਜਦੋਂ ਸਾਨੂੰ ਜਨਤਾ ਦੇ ਵਿੱਚ ਇੱਕ ਸਵਾਲ ਕੀਤਾ ਜਾਂਦਾ ਤਾਂ ਅਸੀਂ ਉਹਦਾ ਜਵਾਬ ਕਿਸ ਰੁੱਖ ਨਾਲ ਦੇਣਾ। ਬਸ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਸੋਸ਼ਲ ਮੀਡੀਆ ਨੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਮਾਤਾ ਜੀ ਕੋਲੋਂ ਇਹ ਅਖਵਾਉਣ ਦੀ ਕੋਸ਼ਿਸ਼ ਕੀਤੀ, ਟਰਾਈ ਕੀਤੀ ਕਿ ਉਹ ਮੀਡੀਆ ਅੱਗੇ ਕਹਿ ਦੇਣ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਉਹ ਖਾਲਿਸਤਾਨੀ ਸਮਰਥਕ ਨਹੀਂ ਹੈਗੇ। ਤੇ ਇਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਮਾਤਾ ਜੀ ਦਾ ਕੀ ਬਿਆਨ ਆਇਆ, ਪਹਿਲਾਂ ਆਹ ਦੇਖੋ ਫਿਰ ਕਰਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ ਅਤੇ ਬਾਅਦ 'ਚ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੀਡੀਆ ਰਾਹੀਂ ਜੋ ਵੀ ਅੱਜ ਖਬਰ ਫੈਲ ਰਹੀ ਆ, ਪਹਿਲੀ ਗੱਲ ਤਾਂ ਮੀਡੀਆ ਸਾਡੇ ਮੂੰਹੋਂ ਕੁਛ ਨਾ ਕੁਛ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਕਿ ਅਸੀਂ ਇਹੋ ਜਿਹੇ ਲੀਡਰ ਤਾਂ ਹੈ ਨਹੀਂ, ਸਿਆਸੀ ਤਾਂ ਹੈ ਨਹੀਂ ਵੀ ਜਿਹੜੇ ਅਸੀਂ ਇਹੋ ਜਿਹੀਆਂ ਮਤਲਬ ਵਾਈਟ ਦੇਵਾਂਗੇ। ਬਾਕੀ ਉਹਨਾਂ ਖਾਲਿਸਤਾਨ ਬਾਰੇ ਗੱਲ ਕੀਤੀ, ਮੈਂ ਤਾਂ ਇਹ ਕਿਹਾ ਸੀ ਕਿ ਜਦੋਂ ਉਹਨਾਂ ਸੰਵਿਧਾਨ ਦੀ ਸਹੁੰ ਚੁੱਕੀ ਆ ਤਾਂ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਅਤੇ ਮੀਡੀਆ ਤੋੜ ਮਰੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ, ਇਹ 'ਤੇ ਬਿਲਕੁਲ ਵੀ ਕੋਈ ਰੋਸ ਨਹੀਂ ਕਰਨਾ ਚਾਹੀਦਾ। ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਡਿਆ ਵਾ ਕਾਂਡ, ਉਦੋਂ ਕੋਈ ਮੀਡੀਆ ਵਾਲੇ ਪੇਸ਼ ਨਹੀਂ ਕਰਦੇ। ਇੱਕ ਉਹ ਐਡਾ ਕ੍ਰਿਮੀਨਲ ਤਾਂ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ 'ਚ ਉੱਥੇ ਲਿਆ ਕੇ ਪੇਸ਼ ਕੀਤਾ, ਸਵੇਰ ਦਾ 1 ਵਜੇ ਦਾ, ਰਾਤ ਦਾ ਉਠਾ ਕੇ ਭੁੱਖੇ ਭਾਣੇ ਨੂੰ ਇੰਨਾ ਹੈਲੀਕਾਪਟਰ 'ਤੇ ਲਿਆਂਦਾ, ਇਹਦਾ ਇਹ ਨਹੀਂ ਪਤਾ ਵੀ ਸਿੱਖਾਂ ਨਾਲ ਇੰਨਾ ਧੱਕਾ ਹੋ ਰਿਹਾ ਵਾ, ਉਹ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਅਤੇ ਇਹ ਜਿਹੜੀ ਗੱਲ ਮੋੜ ਤਰੋੜ ਕੇ ਸਾਡੇ ਮੂੰਹ 'ਚ ਕਰਦੇ ਆ, ਜਿਹੜੀ ਕਿ ਅਸੀਂ ਕਰਦੇ ਵੀ ਨਹੀਂ। ਅਸੀਂ ਤਾਂ ਸਾਡਾ ਇੱਕ ਫਲ ਸੀ ਵੀ ਚੋਣਾਂ ਲੜਨਾ ਅਤੇ ਚੋਣਾਂ ਲੜ ਕੇ ਅਸੀਂ ਮਤਲਬ ਕਿ ਜਿਤਾ ਦਿੱਤਾ ਵਾ, ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ। ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ। ਬਾਕੀ ਸੰਗਤਾਂ ਨੂੰ ਕਿਸੇ ਵੀ ਇਹ ਗੱਲ 'ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਮੀਡੀਆ ਵਾਲੇ ਮੋੜ ਤਰੋੜ ਕੇ ਬਹੁਤ ਝੂਠੀਆਂ ਖਬਰਾਂ ਦਿੰਦੇ ਆ। ਪੰਜਾਬੀਓ, ਇਸ ਵੇਲੇ ਇੱਕ ਜਿਹੜਾ ਮਾਹੌਲ ਬਣਿਆ ਹੋਇਆ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹਰ ਬੰਦੇ ਦੀ ਜਿਹੜੀ ਨਜ਼ਰ ਹੈ, ਚਾਹੇ ਉਹ ਭਾਰਤ ਦੇ ਕਿਸੇ ਵੀ ਸਟੇਟ ਦਾ ਹੋਵੇ, ਚਾਹੇ ਉਹ ਪੰਜਾਬ ਦਾ ਹੋਵੇ, ਉਹਨਾਂ ਦੀ ਨਜ਼ਰ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ 'ਤੇ ਹੈ। ਤੁਸੀਂ ਯਕੀਨ ਜਾਣੋਗੇ, ਅੱਜ ਤੱਕ ਮੈਂ ਇੰਨੀ ਹਾਈ ਰੈਂਕਿੰਗ CTR ਕਿਸੇ ਨਿਊਜ਼ ਚੈਨਲ ਦੀ ਨਹੀਂ ਦੇਖੀ ਯੂਟਿਊਬ 'ਤੇ।
ਵਾਚਿੰਗ ਜਿਹੜੀ ਲਿਸਟ ਹੁੰਦੀ ਹੈ ਇੰਨੀ ਹਾਈ ਮੈਂ ਕਿਸੇ ਪੰਜਾਬੀ ਨਿਊਜ਼ ਚੈਨਲ ਦੀ ਨਹੀਂ ਦੇਖੀ। ਜਿੰਨੇ ਲੋਕ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਸਹੁੰ ਚੁੱਕਣੀ ਸੀ ਉਦੋਂ ਲਾਈਵ ਵਾਚਿੰਗ ਦੇ ਨਾਲ ਜੁੜੇ ਹੋਏ ਸੀ, ਲਾਈਵ ਦੇ ਨਾਲ ਜੁੜੇ ਹੋਏ ਸੀ। ਮੈਂ ਸੋਸ਼ਲ ਮੀਡੀਆ 'ਤੇ ਗਿਆ, ਫੇਸਬੁੱਕ 'ਤੇ ਗਿਆ, ਮੈਂ ਇੰਸਟਾਗ੍ਰਾਮ 'ਤੇ ਦੇਖਿਆ, ਮੈਂ ਟਵਿੱਟਰ 'ਤੇ ਦੇਖਿਆ, ਮੈਂ ਯੂਟਿਊਬ 'ਤੇ ਤੁਹਾਨੂੰ ਪਤਾ ਮੋਸਟਲੀ ਸਰਚ ਕਰਦਾ ਰਹਿੰਦਾ ਕੋਈ ਨਾ ਕੋਈ ਚੀਜ਼। ਉੱਥੇ ਜਿੰਨੇ ਵੀ ਨਿਊਜ਼ ਚੈਨਲ ਚਾਹੇ ਉਹ ਫੇਕ ਨਿਊਜ਼ ਚਲਾ ਰਹੇ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਇਸ ਵੇਲੇ ਲੋਕ ਸਭਾ 'ਚ ਪਹੁੰਚ ਚੁੱਕੇ ਨੇ ਜਾਂ ਪਹੁੰਚਣ ਵਾਲੇ ਨੇ, ਉਹਨਾਂ ਦੀ ਵਾਚਿੰਗ ਜਿਹੜੀ ਲਿਸਟ ਸੀ ਕਦੀ ਉਹ 200-400 ਹੁੰਦੀ ਸੀ, ਪਰ ਉਹ ਕੱਲ੍ਹ ਦੀ ਡੇਟ ਦੇ ਵਿੱਚ ਯਾਨੀ ਕਿ 5 ਜੁਲਾਈ ਨੂੰ ਉਹ ਜਿਹੜੀ ਵਾਚਿੰਗ ਲਿਸਟ ਆ ਉਹ ਹਜ਼ਾਰਾਂ ਵਿੱਚ ਸੀ, ਕੁਝ ਕੁ ਦੀ ਤਾਂ 2-2 ਲੱਖ ਤੱਕ ਪਹੁੰਚੀ ਹੋਈ ਸੀ। ਯਾਨੀ ਕਿ ਇਸ ਹੱਦ ਤੱਕ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਹੋਏ ਨੇ ਜਾਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋਏ ਲੋਕ ਨੇ ਉਹ ਇਸ ਹੱਦ ਤੱਕ ਲਾਈਵ ਦੇਖਣ ਨੂੰ ਬੇਤਾਬ ਸੀ ਕਿ ਉਹ ਦੇਖ ਸਕਣ ਕਿ ਭਾਈ ਅੰਮ੍ਰਿਤਪਾਲ ਸਿੰਘ ਹੁਣੇ ਕਿੱਦਾਂ ਪਹੁੰਚਦੇ ਨੇ ਉੱਥੇ ਸਹੁੰ ਚੁੱਕਣ ਲਈ, ਅਤੇ ਉੱਥੇ ਜਦੋਂ ਪਹੁੰਚਦੇ ਨੇ ਉਹਨਾਂ ਦੀ ਸਿਕਿਉਰਿਟੀ ਦਾ ਕੀ ਅਰੇਂਜ ਕੀਤਾ ਜਾਂਦਾ ਹੈ। ਅਤੇ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਸੋਸ਼ਲ ਮੀਡੀਆ ਨੂੰ, ਕਿਉਂਕਿ ਫੋਟੋਗ੍ਰਾਫੀ ਤਾਂ ਉੱਥੇ ਰੋਕ ਦਿੱਤੀ ਗਈ ਸੀ, ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਵੀਡੀਓਗ੍ਰਾਫੀ ਰੋਕ ਦਿੱਤੀ ਗਈ ਸੀ, ਕਿਸੇ ਵੀ ਨਿਊਜ਼ ਚੈਨਲ ਨੂੰ ਇਹ ਹੱਕ ਨਹੀਂ ਸੀ ਦਿੱਤਾ ਗਿਆ ਜਾਂ ਇੰਨੀ ਅਥਾਰਟੀ ਨਹੀਂ ਸੀ ਦਿੱਤੀ ਗਈ ਗੌਰਮੈਂਟ ਵੱਲੋਂ ਕਿ ਉਹ ਕਵਰੇਜ ਕਰ ਸਕਣ ਇਸ ਚੀਜ਼ ਨੂੰ ਕਿ ਭਾਈ ਅੰਮ੍ਰਿਤਪਾਲ ਸਿੰਘ ਕਦੋਂ ਉੱਥੇ ਪਹੁੰਚੇ, ਕਿੱਦਾਂ ਉਹਨਾਂ ਨੇ ਸਹੁੰ ਚੁੱਕੀ, ਕਿੱਦਾਂ ਉਹ ਓਮ ਪ੍ਰਕਾਸ਼ ਬਿਰਲਾ ਜਿਹੜੇ ਸਪੀਕਰ ਨੇ ਪਾਰਲੀਮੈਂਟ ਦੇ ਉਹਨਾਂ ਦੇ ਚੈਂਬਰ 'ਚ ਗਏ, ਕਿਤੇ ਨਾ ਕਿਤੇ ਉਹਨਾਂ ਦੀ ਤਸਵੀਰ ਦਿਖਾ ਕੇ, ਵੀਡੀਓ ਦਿਖਾ ਕੇ ਹਾਈ ਰੈਂਕਿੰਗ CTR ਲੈਣੇ ਚਾਹੁੰਦੇ ਸੀ ਉਹ, ਜਿਹੜੀ ਕਿ ਉਹਨਾਂ ਨੂੰ ਨਹੀਂ ਮਿਲੀ। ਹੁਣ ਗੌਰਮੈਂਟ ਵੱਲੋਂ, ਸਰਕਾਰ ਵੱਲੋਂ ਤਾਂ ਇਸ ਚੀਜ਼ 'ਤੇ ਪਾਬੰਦੀ ਹੋ ਗਈ ਸੀ, ਉਹ ਤਾਂ ਇੱਕ ਵੱਖਰੀ ਗੱਲ ਹੈ। ਚਲੋ ਲਾਅ ਬਣਾ ਤਾ, ਉਹਨਾਂ ਨੇ ਕੁਝ ਸ਼ਰਤਾਂ ਰੱਖਤੀਆਂ ਜਦੋਂ ਜੇਲ੍ਹ ਦੇ ਵਿੱਚੋਂ, ਤੁਹਾਨੂੰ ਪਤਾ ਕਿ ਇੱਕ ਪਾਰਲੀਮੈਂਟ ਦੇ ਮੈਂਬਰ ਨੂੰ ਲੈ ਕੇ ਆਉਣਾ ਹੁੰਦਾ ਸਹੁੰ ਚੁਕਾਉਣ ਲਈ ਜਾਂ ਇਲੈਕਸ਼ਨ ਜਿੱਤੇ ਹੋਏ ਬੰਦੇ ਨੂੰ, ਅਤੇ ਉਹਦੇ ਵਿੱਚ ਗੌਰਮੈਂਟ ਦੀਆਂ ਸ਼ਰਤਾਂ ਹੁੰਦੀਆਂ ਨੇ, ਉਹ ਮੰਨੀਆਂ ਵੀ ਗੌਰਮੈਂਟ ਦੀਆਂ ਜਾਂਦੀਆਂ ਨੇ, ਜਿਹੜੀਆਂ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸ ਚੁੱਕਿਆ ਕਿ 4 ਦਿਨ ਦੀ ਪੇਰੋਲ ਦਾ ਮਤਲਬ ਇਹੀ ਸੀ ਕਿ ਅਗਰ ਕਿਸੇ ਰੀਜ਼ਨ ਦੀ ਵਜ੍ਹਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਸਹੁੰ ਨਹੀਂ ਚੁੱਕ ਸਕਦੇ ਤਾਂ ਉਹਨਾਂ ਨੂੰ 4 ਦਿਨ ਦਾ ਸਮੇਂ ਹੋਏਗਾ, 4 ਦਿਨ ਦੀ ਪੇਰੋਲ ਹੋਏਗੀ ਜਿਹਦੇ ਵਿੱਚ ਉਹਨਾਂ ਨੇ ਸਹੁੰ ਚੁੱਕਣੀ ਹੈ। ਅਗਰ ਪੇਰੋਲ ਹੋ ਜਾਂਦੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ 2 ਘੰਟੇ ਦਾ ਟਾਈਮ ਦਿੱਤਾ ਜਾਏਗਾ ਜਾਂ 1 ਘੰਟੇ ਦਾ ਟਾਈਮ ਦਿੱਤਾ ਜਾਏਗਾ ਜਦੋਂ ਸਹੁੰ ਚੁੱਕਦੇ ਆ, ਤਾਂ ਕਿ 1 ਘੰਟਾ ਜਿਹੜਾ ਉਹਨਾਂ ਦੀ ਫੈਮਿਲੀ ਉਹਨਾਂ ਨਾਲ ਮੁਲਾਕਾਤ ਦਾ ਹੋ ਸਕੇ। ਜਿਹਦੇ ਵਿੱਚ ਦੱਸਿਆ ਇਹ ਜਾ ਰਿਹਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਜਿਹੜੇ ਫਾਦਰ ਨੇ ਉਹਨਾਂ ਨਾਲ ਅਤੇ ਉਹਨਾਂ ਦੇ ਚਾਚਾ ਜੀ ਨੇ ਜਿਹੜੇ ਉਹਨਾਂ ਨਾਲ ਉਹਨਾਂ ਦੀ ਮੁਲਾਕਾਤ ਹੋਈ। ਹੁਣ ਅਗਲੀ ਗੱਲ ਸੁਣ ਲਓ, ਜਿਹੜੀ ਮੈਂ ਗੱਲ ਪਹਿਲਾਂ ਕਰਕੇ ਹਟਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਤੱਕ ਤਾਂ ਐਕਸੈਸ ਨਹੀਂ ਹੋ ਸਕੀ, ਉਹਨਾਂ ਦੀ ਕੋਈ ਵੀਡੀਓ ਨਹੀਂ ਮਿਲ ਸਕੀ, ਕੋਈ ਫੋਟੋ ਨਹੀਂ ਮਿਲ ਸਕੀ, ਸਿਰਫ ਸਿਕਿਉਰਿਟੀ ਪ੍ਰੋਟੋਕੋਲ ਜਿਹੜਾ ਉਹ ਸਿਰਫ ਉਹਨਾਂ ਨੂੰ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਉਹਨਾਂ ਨੇ ਜਿਹੜੇ ਚੰਦਕ ਗੋਦੀ ਮੀਡੀਆ ਦੇ ਕਹਿ ਲਓ ਜਾਂ ਮੀਡੀਆ ਦੇ ਕਹਿ ਲਓ, ਚਾਹੇ ਸਾਡੇ ਪੰਜਾਬ ਦੇ ਵੀ ਕਈ ਨਿਊਜ਼ ਚੈਨਲ ਨੇ ਬੜੇ ਜ਼ਿਆਦਾ ਗਿਣਤੀ ਵਾਲੇ ਜਿਹੜੇ ਜਿਹਨਾਂ ਕੋਲ ਸਬਸਕ੍ਰਾਈਬਰ ਨੇ ਉਹ ਨਿਊਜ਼ ਚੈਨਲ ਨੇ, ਉਹਨਾਂ ਨੇ ਜਾ ਕੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਮਾਤਾ ਜੀ ਕੋਲੋਂ ਇੰਟਰਵਿਊ ਕੀਤਾ, ਸਵਾਲੋ ਜਵਾਬ ਕੀਤੇ, ਜਿਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਮੂੰਹੋਂ ਕੋਈ ਗੱਲਬਾਤ ਨਿਕਲੀ। ਜਿਹਨੂੰ ਇਸ ਹੱਦ ਤੱਕ ਉਛਾਲ ਰਹੇ ਨੇ ਇਹ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਿਹਨਾਂ ਨੇ ਸਪੋਰਟ ਕੀਤੀ, ਖੁੱਲ੍ਹ ਕੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਸਪੋਰਟ ਕੀਤੀ, ਸੀਨੇ ਤਾਣ ਕੇ ਸਪੋਰਟ ਕੀਤੀ, ਉਹ ਲੋਕ ਵੀ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਤੋਂ ਹੁਣ ਨਫ਼ਰਤ ਕਰਨ ਲੱਗ ਜਾਣ ਜਾਂ ਪਿੱਛੇ ਹਟ ਜਾਣ, ਜਾਂ ਸਿਰਫ ਇੰਨਾ ਸਾਬਤ ਕਰਦਾ ਜੋ ਕੁਝ ਪਹਿਲਾਂ ਭਾਈ ਦੀਪ ਸਿੱਧੂ ਨਾਲ ਕੀਤਾ ਗਿਆ ਜਾਂ ਉਹਨਾਂ ਨਾਲ ਹੋਇਆ। ਪੰਜਾਬੀ ਤੁਹਾਨੂੰ ਸਾਰੀਆਂ ਗੱਲਾਂ ਦਾ ਪਹਿਲੀਆਂ ਦਾ ਪਤਾ ਕਿ ਜਿੱਦਾਂ ਭਾਈ ਦੀਪ ਸਿੱਧੂ ਨੂੰ ਇੱਕ ਸਰਕਾਰ ਦਾ ਏਜੰਟ ਦੱਸ ਕੇ ਜਾਂ ਉਛਾਲ ਕੇ ਇਹ ਨਿਊਜ਼, ਇਹ ਜਿਹੜੀਆਂ ਕਲਿੱਪਾਂ ਛੋਟੀਆਂ ਛੋਟੀਆਂ ਹੁੰਦੀਆਂ ਨੇ, ਅੱਜ ਕੱਲ੍ਹ ਜਿਹੜੀ ਐਡੀਟਿੰਗ ਚੱਲ ਰਹੀ ਹੈ AI ਦੇ ਥਰੂ ਆਊਟ, ਉਹਦੇ ਨਾਲ ਕਿਸੇ ਵੀ ਬੰਦੇ ਕੋਲੋਂ ਕੁਝ ਵੀ ਬੁਲਵਾਇਆ ਜਾ ਸਕਦਾ, ਕਿਸੇ ਵੀ ਬੰਦੇ ਦੀ ਕੋਈ ਵੀ ਵੀਡੀਓ ਦਿਖਾਈ ਜਾ ਸਕਦੀ ਹੈ। ਇੱਥੇ ਤੱਕ ਕਿ ਜੇ ਮੈਂ ਇੱਥੇ ਬੈਠਾ ਹੋਇਆ, ਮੇਰੇ ਕੋਲੋਂ ਕੁਝ ਇੱਦਾਂ ਦਾ ਬੁਲਵਾਇਆ ਜਾ ਸਕਦਾ AI ਦੀ ਐਡੀਟਿੰਗ ਦੇ ਨਾਲ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਇਸ ਹੱਦ ਤੱਕ ਐਡਵਾਂਸ ਹੋ ਗਈ ਆ ਕਿ
ਲੋਕਾਂ ਦੇ ਚਿਹਰੇ ਤੱਕ ਬਦਲ ਕੇ ਸਾਹਮਣੇ ਲਿਆਂਦੇ ਜਾ ਸਕਦੇ ਆ। ਤੁਹਾਨੂੰ ਸਾਰਿਆਂ ਨੂੰ ਪਤਾ, ਬਹੁਤ ਸਾਰੇ ਭਰਾਵਾਂ ਨੂੰ ਇਸ ਗੱਲ ਦਾ ਪਤਾ ਹੋਣਾ ਜਿਹੜੇ ਵੀਡੀਓ ਐਡੀਟਿੰਗ ਨਾਲ ਜੁੜੇ ਹੋਏ ਨੇ। ਅਤੇ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਇਸ ਹੱਦ ਤੱਕ ਉਹਨਾਂ ਨੇ ਐਡੀਟਿੰਗ ਕੀਤੀ ਹੋਊਗੀ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਸਵਾਲਾਂ 'ਚ ਫਸਾ ਕੇ, ਗੱਲਾਂ 'ਚ ਫਸਾ ਕੇ ਉਹਨਾਂ ਦੇ ਮੂੰਹ ਇਹ ਘੁਮਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਹ ਗੱਲ ਕਹਿ ਦੇਣ ਮੀਡੀਆ ਦੇ ਵਿੱਚ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦੇ ਸਮਰਥਕ ਨਹੀਂ ਹੈਗੇ। ਦੇਖੋ ਜੀ, ਜੇ ਆਪਾਂ ਸਾਫ਼ ਸਾਫ਼ ਗੱਲ ਕਰੀਏ ਨਾ, ਇਸ ਵੇਲੇ ਉਹਨਾਂ ਨੇ ਸਿਰਫ ਹਾਲੇ ਸੌਂ ਚੁੱਕੀ ਆ, ਹਾਲੇ ਬਹੁਤ ਸਾਰੇ ਜਿਹੜੇ ਮਾਮਲਾਤ ਨੇ, ਬਹੁਤ ਸਾਰੀਆਂ ਗੱਲਾਂ ਨੇ, ਉਹਨਾਂ ਨੂੰ ਕਵਰ ਕਰਨਾ ਪਹਿਲਾਂ ਬਹੁਤ ਜ਼ਰੂਰੀ ਆ। ਅਤੇ ਇਹ ਗੱਲ ਆਪਦੀ ਵੀਡੀਓ ਦੇ ਵਿੱਚ ਮਾਤਾ ਜੀ ਉਹਨਾਂ ਨੇ ਕਹਿ ਦਿੱਤੀ ਹੋਈ ਆ ਕਿ ਉਹਨਾਂ ਨੇ ਇਹ ਭਾਈ ਅੰਮ੍ਰਿਤਪਾਲ ਸਿੰਘ ਸਾਰਾ ਫੈਸਲਾ ਕਰਨਗੇ। ਹੁਣ ਉਹਨਾਂ ਨੇ ਜਿਹੜੇ ਮੀਡੀਆ, ਗੋਦੀ ਮੀਡੀਆ, ਇਸੇ ਗੱਲ 'ਤੇ ਜ਼ੋਰ ਦੇਣਾ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਫੈਮਿਲੀ ਕੋਲੋਂ ਵਾਰ ਵਾਰ ਇਹੀ ਸਵਾਲ ਪੁੱਛਿਆ ਜਾਵੇ। ਮੇਰੀ ਅੱਜ ਦੀ ਵੀਡੀਓ ਨੋਟ ਕਰਕੇ ਰੱਖ ਲਈਓ। ਹਾਂਜੀ, ਸਹੁੰ ਚੁੱਕਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਹੁਣ ਇਹ ਖਾਲਿਸਤਾਨ ਨੂੰ ਸਪੋਰਟ ਕਰਨਗੇ, ਖਾਲਿਸਤਾਨੀ ਸਮਰਥਕ ਰਹਿਣਗੇ ਜਾਂ ਉਹ ਛੱਡਣਗੇ, ਤਾਂ ਕਿ ਉਹ ਕੋਈ ਨਾ ਕੋਈ ਇੱਦਾਂ ਦੀ ਗੱਲਬਾਤ ਕਰਨ ਜਿਹਨੂੰ ਉਛਾਲ ਕੇ ਜਾਂ ਸੋਸ਼ਲ ਮੀਡੀਆ 'ਤੇ ਕਲਿੱਪਾਂ ਬਣਾ ਕੇ, ਮੀਮਸ ਬਣਾ ਕੇ ਜਾਂ ਤਰ੍ਹਾਂ ਤਰ੍ਹਾਂ ਦੀਆਂ ਗਰੁੱਪਾਂ ਦੇ ਵਿੱਚ ਇਹਨਾਂ ਨੂੰ ਸ਼ੇਅਰ ਕੀਤਾ ਜਾ ਸਕੇ। ਔਰ ਜਿਹੜਾ ਗੋਦੀ ਮੀਡੀਆ ਜਾਂ ਮੋਦੀ ਦਾ ਜਿਹੜਾ ਆਈ ਟੀ ਸੈੱਲ ਜਿਹੜਾ ਬੈਠਾ ਹੋਇਆ, ਜਿਹੜਾ ਇਸ ਚੀਜ਼ ਨੂੰ ਬਹੁਤ ਐਡਵਾਂਸ ਤਰੀਕੇ ਨਾਲ ਵਧਾਉਂਦਾ ਕਿ ਪਹਿਲਾਂ ਤਾਂ ਕੋਈ ਵੀਡੀਓ ਉੱਦਾਂ ਦਾ ਕੋਈ ਵਾਇਰਲ ਹੋਵੇ ਨਾ ਹੋਵੇ, ਪਰ ਇੱਦਾਂ ਦੀ ਜਿਹੜੀ ਗੱਲ ਹੁੰਦੀ ਹੈ ਨਾ, ਉਹ ਵਾਇਰਲ ਬਹੁਤ ਛੇਤੀ ਹੋ ਜਾਂਦੀ। ਸਾਡੇ ਆਪਣੇ ਲੋਕ ਵੀ ਬੜੇ ਧੜੋ ਧੜ ਸ਼ੇਅਰ ਕਰਨ ਲੱਗ ਜਾਂਦੇ ਨੇ। ਜੇ ਇੱਦਾਂ ਦੀ ਕੋਈ ਵੀਡੀਓ ਪੰਜਾਬੀ ਤੁਹਾਡੇ ਸਾਹਮਣੇ ਹੁੰਦੀ ਹੈ ਤਾਂ ਉਹਨੂੰ ਮਿੰਟੋ ਪਹਿਲਾਂ ਰਿਪੋਰਟ ਮਾਰਿਆ ਕਰੋ, ਅਤੇ ਕੋਸ਼ਿਸ਼ ਕਰਿਆ ਕਰੋ ਕਿ ਉਸ ਰਿਪੋਰਟ ਦਾ ਜਿਹੜਾ ਅਸਰ ਆ ਉਸ ਚੈਨਲ ਤੱਕ ਹੋਵੇ, ਉਹਨੂੰ ਰਿਪੋਰਟ ਕਰਿਆ ਕਰੋ, ਇਸ ਚੀਜ਼ ਨੂੰ ਸਟੋਪ ਕਰਿਆ ਕਰੋ। ਸਾਡੇ ਵਿੱਚ ਕੋਈ ਦਰਾੜ ਆਵੇ, ਅਸੀਂ ਨਹੀਂ ਚਾਹੁੰਦੇ ਕਿ ਜਿੱਦਾਂ ਅਸੀਂ ਪਹਿਲਾਂ ਆਪਣੇ ਪੰਜਾਬ ਦੇ ਉਹ ਬੰਦੇ ਖੋ ਚੁੱਕੇ ਹਾਂ ਜਿਹੜੇ ਪੰਜਾਬ ਲਈ ਖੜ੍ਹਦੇ ਸੀ, ਪੰਜਾਬ ਦੀ ਗੱਲਬਾਤ 'ਤੇ ਜ਼ੋਰ ਦਿੰਦੇ ਸੀ, ਅਸੀਂ ਇਸੇ ਤਰ੍ਹਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਬਾਰੇ ਇੱਦਾਂ ਦੀਆਂ ਗੱਲਾਂ ਸੋਚੀਏ, ਅਤੇ ਅਸੀਂ ਫਿਰ ਬਾਅਦ 'ਚ ਪਛਤਾਈਏ ਕਿ ਯਾਰ ਆ ਸਾਡੇ ਕੋਲੋਂ ਕੀ ਹੋ ਗਿਆ, ਸਾਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਸੋ ਪੰਜਾਬੀਓ, ਅੱਜ ਦੀ ਇਹ ਗੱਲ ਕਲੀਅਰ ਕਰਨੀ ਤੁਹਾਡੇ ਨਾਲ ਬਹੁਤ ਜ਼ਰੂਰੀ ਸੀ। ਮਿਲਦੇ ਅਗਲੀ ਵੀਡੀਓ 'ਚ, ਆਪਣਾ ਖਿਆਲ ਰੱਖਿਓ, ਬਾਕੀ ਹੱਸਦੇ ਰਹੋ, ਵੱਸਦੇ ਰਹੋ, ਸਿਰਾਂ 'ਚ ਦਿਲ 'ਚ ਹੱਸਦੇ ਰਹੋ, ਹਾਲ ਦਿਲਾਂ ਦੇ ਦੱਸਦੇ ਰਹੋ। ਮੈਂ ਤੁਹਾਡਾ ਆਪਣਾ ਸੰਤਾਲੀ ਵਾਲਾ, ਜਾਂਦੇ ਜਾਂਦੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ। ਮਿਲਦੇ ਅਗਲੀ ਵੀਡੀਓ 'ਚ, ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ।